ਸੇਨਾ ਪੰਜਾਬ ਜਿੰਦਾਬਾਦ ਜਿੰਦਾਬਾਦ ਕਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਹਿਲਮਸਾ ਕੋਟ ਤੇ ਬੈਨ ਲੱਗੇ ਬੈਨ ਲੱਗੇ ਬੈਨ ਲੱਗੇ ਹਿਲਮਸਾ ਕੋਟ ਤੇ ਬੈਨ ਲੱਗੇ ਬੈਨ ਲੱਗੇ ਬੈਨ ਲੱਗੇ ਫਿਲਮ ਸ਼ਾਹਕੋਟ ਨੂੰ ਲੈ ਕੇ ਪ੍ਰੈਸ ਵਾਰਤਾ ਅੰਮ੍ਰਿਤਸਰ ਚ ਬੁਲਾਈ ਗਈ ਹੈ। ਪੰਜਾਬ ਦੇ ਭਿੰਨ ਭਿੰਨ ਜ਼ਿਲ੍ਹਿਆਂ ਦੇ ਵਿੱਚ ਫਿਲਮ ਸ਼ਾਹਕੋਟ ਨੂੰ ਲੈ ਕੇ ਉਹਦਾ ਵਿਰੋਧ ਕੀਤਾ ਜਾ ਰਿਹਾ। ਵਿਰੋਧ ਕਰਨ ਦਾ ਕਾਰਨ ਐਕਟਰਾਂ ਨੂੰ ਪ੍ਰੋਡਿਊਸਰਾਂ ਨੂੰ ਸਿਰਫ ਇੱਕੋ ਹੀ ਗੱਲ ਚ ਇਹਦੀ ਸਾਨੂੰ ਮੁਨਾਫਾ ਕਿੱਥੋਂ ਹੋਣਾ, ਸਿਰਫ ਫਿਲਮਾਂ ਚ ਲੋਕਾਂ ਦੀ ਭਾਵਨਾ ਨਾਲ ਖਿਲਵਾੜ ਕਰਵਾ ਕੇ ਪਾਕਿਸਤਾਨ ਜਿੰਦਾਬਾਦ ਹਿੰਦੁਸਤਾਨ ਮੁੱਦੇਬਾਦ ਦੀ ਨਾਅਰੇਬਾਜ਼ੀ ਕਰਾ ਕੇ ਸਿਰਫ ਆਪਣੇ ਪੈਸੇ ਬਣਾਉਣੇ। ਫਿਲਮ ਚ ਦਿਖਾਇਆ ਗਿਆ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਜਾਂਦਾ। ਸਾਡਾ ਸਵਾਲ ਇੱਕੋ ਹੀ ਹੈ, ਅਗਰ ਪੰਜਾਬ ਦੇ ਐਕਟਰਾਂ ਨੇ ਪੰਜਾਬ ਦੇ ਫਿਲਮ ਪ੍ਰੋਡਿਊਸਰਾਂ ਨੇ ਫਿਲਮ ਬਣਾਉਣੀ ਹੈ, ਜਿਹੜੇ ਅਸਲੀ ਤੱਥ ਹੈ ਉਹਦੇ ਤੇ ਕਿਉਂ ਨੀ ਫਿਲਮ ਬਣਾਉਂਦੇ, ਕਿਉਂ ਨੀ ਦਿਖਾਉਂਦੇ ਵੀ 1947 ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਪਾਕਿਸਤਾਨ ਦੇ ਵਿੱਚ ਜਿਹੜੇ ਹਿੰਦੂ ਸੀਗੇ ਜਿਹੜੇ ਸਿੱਖ ਸੀਗੇ 15% ਆਬਾਦੀ ਸੀ ਸਾਡੀ, ਅੱਜ ਦੀ ਤਰੀਕ ਦੇ ਵਿੱਚ ਉੱਥੇ ਸਾਡੀ ਆਬਾਦੀ 2% ਰਹਿ ਗਈ ਹੈ। ਫਿਲਮ ਇਸ ਗੱਲ ਨੂੰ ਲੈ ਕੇ ਕਿਉਂ ਨੀ ਬਣਦੀ, ਜਿਹੜੀਆਂ ਸਾਡੀਆਂ ਕੁੜੀਆਂ ਜ਼ਬਰਦਸਤੀ ਚੱਕ ਕੇ ਉਹਨਾਂ ਧਰਮ ਪਰਿਵਰਤਨ ਕਰਵਾ ਕੇ ਜ਼ਬਰਦਸਤੀ ਵਿਆਹ ਕਰਾਏ ਜਾਂਦੇ ਨੇ, ਉਹਨਾਂ ਦੇ ਹਾਲਾਤਾਂ ਉੱਤੇ ਫਿਲਮ ਕਿਉਂ ਨੀ ਬਣਦੀ, ਫਿਲਮ ਇਸ ਗੱਲ ਤੇ ਵੀ ਕਿਉਂ ਨੀ ਬਣਾਈ ਜਾਂਦੀ ਵੀ ਜਿਹੜੇ ਪਾਕਿਸਤਾਨ 'ਚ ਗੁਰਦੁਆਰੇ ਤੋੜੇ ਜਾਂਦੇ ਨੇ ਮੰਦਿਰ ਤੋੜੇ ਜਾਂਦੇ ਨੇ ਉਹਨਾਂ ਦੇ ਉੱਤੇ ਫਿਲਮ ਕਿਉਂ ਨੀ ਬਣਾਈ ਜਾਂਦੀ। ਸਾਡਾ ਤਾਂ ਇੱਕੋ ਹੀ ਕਹਿਣਾ ਵਾ ਵੀ ਗੁਰੂ ਰੰਧਾਵਾ ਜੀ ਨੂੰ ਜਾਂ ਕਿਸੇ ਵੀ ਹੋਰ ਫਿਲਮ ਐਕਟਰ ਨੂੰ ਪ੍ਰੋਡਿਊਸਰ ਨੂੰ ਪਾਕਿਸਤਾਨ ਨਾਲ ਇੰਨਾ ਕੁ ਪ੍ਰੇਮ ਹੈ ਤਾਂ ਉਹਨੂੰ ਹਿੰਦੁਸਤਾਨ ਛੱਡ ਕੇ ਪਾਕਿਸਤਾਨ ਚਲਾ ਜਾਣਾ ਚਾਹੀਦਾ। ਬਿਲਕੁਲ, ਮੈਂ ਤਾਂ ਪਹਿਲਾਂ ਵੀ ਬਰੀਫ ਕਰ ਰਿਹਾ ਜੀ, ਤੁਸੀਂ ਚਾਹੇ ਸਨੀ ਦਿਓਲ ਜੀ ਨੂੰ ਲਾ ਲਓ, ਉਹਨਾਂ ਨੇ ਵੀ ਲਾ ਲਓ ਤੁਸੀਂ ਪਾਕਿਸਤਾਨ ਹਿੰਦੁਸਤਾਨ ਨੂੰ ਲੈ ਕੇ ਫਿਲਮ ਬਣਾਈ ਤਾਂ ਕਿ ਸਾਡੀ ਫਿਲਮ ਹਿੰਦੁਸਤਾਨ 'ਚ ਵੀ ਚੱਲੇ ਪਾਕਿਸਤਾਨ 'ਚ ਵੀ ਚੱਲ ਪਏ। ਨਲਕਾ ਪੱਟਣ ਤੋਂ ਇਲਾਵਾ ਕੀਤਾ ਕੀ ਦੱਸੋ ਨਾ, ਆਪਣੀ TRP ਲੈਣ ਤੋਂ ਇਲਾਵਾ ਕੀਤਾ ਕੀ, ਕਿਆ ਸਾਡੇ ਦੇਸ਼ ਦਾ ਭਲਾ ਸੋਚਿਆ, ਕਿਆ ਸਾਡੇ ਲੋਕਾਂ ਦਾ ਭਲਾ ਸੋਚਿਆ। ਫਿਲਮ ਪ੍ਰੋਡਿਊਸਰ ਨੂੰ ਐਕਟਰ ਨੂੰ ਸਿਰਫ ਪੈਸਾ ਚਾਹੀਦਾ, ਉਹ ਦੋਲੋ ਭਾਵੇਂ ਪੰਜਾਬ ਦੇ ਹਿੰਦੂ ਮੁੰਡੇ ਮਰ ਜਾਣ, ਭਾਵੇਂ ਸਿੱਖਾਂ ਦੇ ਮੁੰਡੇ ਮਰ ਜਾਣ, ਚਾਹੇ ਮੁਸਲਮਾਨਾਂ ਦੇ ਮੁੰਡੇ ਮਰਨ, ਉਹਨਾਂ ਦਾ ਸਿਰਫ ਚਾਹੀਦਾ ਤੇ ਸਿਰਫ ਪੈਸਾ ਪੈਸਾ ਪੈਸਾ। ਫਿਲਮ ਦੇ ਅੰਦਰ ਵੜ ਕੇ ਮੈਂ ਸਾਫ਼ ਕਹਿ ਰਿਹਾ, ਅਗਰ ਫਿਲਮ ਦੇ ਵਿੱਚ ਹਿੰਦੁਸਤਾਨ ਮੁਰਦਾਬਾਦ ਦੀ ਨਾਅਰੇਬਾਜ਼ੀ ਕੀਤੀ ਗਈ ਤਾਂ ਫਿਲਮ ਦੇ ਅੰਦਰ ਵੜ ਕੇ ਇਹਦਾ ਵਿਰੋਧ ਕੀਤਾ ਜਾਏਗਾ। ਬਿਲਕੁਲ, ਸਰਕਾਰ ਨੂੰ ਅਪੀਲ ਕਰ ਰਹੇ ਸਾਫ਼ ਵੀ ਇਹੋ ਜਿਹੀ ਫਿਲਮਾਂ ਤੇ ਬੈਨ ਲੱਗਣਾ ਚਾਹੀਦਾ ਵੀ ਜਿਹੜੇ ਲੋਕ ਸਾਡੀਆਂ ਭਾਵਨਾ ਦੇ ਖੇਲ ਖੇਲਦੇ ਨੇ, ਸਿਰਫ ਉਹਨਾਂ ਨੂੰ ਮਕਸਦ ਕੀ ਹੁੰਦਾ ਵੀ ਪਾਕਿਸਤਾਨ ਦੀ ਕੁੜੀ ਲੈ ਲਈ ਵੀ ਸਾਡੀ ਫਿਲਮ ਭਾਰਤ 'ਚ ਵੀ ਕਮਾਵੇ, ਪੰਜਾਬ 'ਚ ਵੀ ਕਮਾਵੇ, ਪਾਕਿਸਤਾਨ 'ਚ ਵੀ ਜਾ ਕੇ ਪੈਸਾ ਸਾਡਾ ਕਮਾ ਕੇ ਸਾਡੇ ਘਰ ਭਰੇ। ਇਤਰਾਜ਼ ਮੈਂ ਇਹੀ ਕਹਿੰਦਾ, ਟੋਪਿਕ ਦਿਖਾਉਣਾ ਤਾਂ ਬਿਲਕੁਲ ਸਹੀ ਦਿਖਾਓ ਨਾ, ਇਹ ਕਹਿੰਦੇ ਨੇ ਫਿਲਮ ਸ਼ਾਹਕੋਟ ਬੜੀ ਸੱਚੀ ਕਹਾਣੀ ਤੇ ਆਧਾਰਿਤ ਹੈ, ਸੱਚੀਆਂ ਕਹਾਣੀਆਂ ਤਾਂ ਹੋਰ ਵੀ ਨੇ ਨਾ। ਪਿਆਰ ਦਾ ਸੰਦੇਸ਼ ਮੈਂ ਤਾਂ ਕਹਿ ਰਿਹਾ ਗੁਰੂ ਰੰਧਾਵਾ ਜੀ ਨੂੰ ਪਿਆਰ ਦਾ ਸੰਦੇਸ਼ ਦੇਣਾ ਚਾਹੀਦਾ, ਪਾਕਿਸਤਾਨ ਜਾ ਕੇ ਦੇਣਾ ਚਾਹੀਦਾ, ਆਪਣੀ ਰਹਿਸ਼ ਆਪਣਾ ਕਾਰੋਬਾਰ ਸਿਰਫ ਪਾਕਿਸਤਾਨ ਜਾ ਕੇ ਲੈ ਲੈਣਾ ਚਾਹੀਦਾ, ਖਾਣਾ ਪੀਣਾ ਤਾਂ ਹਿੰਦੁਸਤਾਨ ਦਾ, ਗੱਲ ਕਰਨੀ ਆਪਾਂ ਪਾਕਿਸਤਾਨ ਦੀ, ਪਿਆਰ ਉਹਨੂੰ ਪਾਕਿਸਤਾਨ ਨਹੀਂ ਹੋਇਆ। ਮੈਂ ਟੋਪਿਕ ਕਹਿ ਰਿਹਾ ਨਾ, ਟੋਪਿਕ ਇਹ ਵੀ ਇਕੱਲੇ ਗੁਰੂ ਰੰਧਾਵੇ ਤੇ ਨੀ ਮੈਂ ਗੱਲ ਕਰਦਾ ਪਿਆ, ਮੈਂ ਹਰੇਕ ਪ੍ਰੋਡਿਊਸਰ ਦੇ ਗੱਲ ਕਰਦਾ, ਡਾਇਰੈਕਟਰ ਦੇ ਗੱਲ ਕਰਦਾ ਪਿਆ ਵੀ ਤੁਸੀਂ ਇਸ ਟੋਪਿਕ ਤੇ ਫਿਲਮ ਕਿਉਂ ਨੀ ਦਿਖਾਉਂਦੇ।